ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਸਾਡੇ ਪਿੱਗੀ ਖਾ ਰਹੇ ਹੈ ਖੀਰਾ ਔਰ ਗਾਜਰ। ਆਹ ਕਾਲਾ ਜੰਮੂ ਹੈ ਜਿਹਦਾ ਉਹ ਸਾਡੀ ਰਾਣੀ ਹੈ, ਔਰ ਜੋ ਪ੍ਰਾਣੂ ਵਾਲਾ ਉਹ ਸਾਡਾ ਰਾਜਾ ਹੈ, ਜੋ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ। ਪੁੱਤ ਪੁੱਤ ਕੇ ਹੌਲੀ ਹੌਲੀ ਕੁਤਰ ਕੁਤਰ ਕੇ ਖਾ ਰਹੇ ਹੈ ਖੀਰਾ। ਖੀਰਾ ਇਹਨਾਂ ਨੂੰ ਬਹੁਤ ਪਸੰਦ ਹੈ, ਹਰੀ ਸਬਜ਼ੀਆਂ ਆਲਮੋਸਟ ਇਹਨਾਂ ਨੂੰ ਸਾਰੀਆਂ ਹੀ ਪਸੰਦ ਨੇ, ਇਹ ਵੈਜੀਟੇਰੀਅਨ ਹੁੰਦੇ ਨੇ। ਔਰ ਇਹਨਾਂ ਦੀ ਇੱਕ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ ਇਹ ਚੂਹੇ ਵਰਗੇ ਲੱਗਦੇ ਹੈ, ਪਰ ਚੂਹੇ ਦੀ ਤਰ੍ਹਾਂ ਕਦੇ ਕੁਤਰਦੇ ਨਹੀਂ ਹੈ ਕੱਪੜੇ ਨੂੰ, ਕਦੇ ਨੁਕਸਾਨ ਨਹੀਂ ਪਹੁੰਚਾਉਂਦੇ ਕਿਸੇ ਨੂੰ। ਇਹ ਰੈਬਿਟ ਦੀ ਤਰ੍ਹਾਂ ਲੱਗਦੇ ਜ਼ਰੂਰ ਹੈ, ਪਰ ਅਗਰ ਆਪਾਂ ਰੈਬਿਟ ਨੂੰ ਗੋਦੀ ਵਿੱਚ ਚੱਕੀਏ ਨਾ ਤਾਂ ਉਹ ਦੰਦੀ ਵੜਦਾ ਹੈ, ਔਰ ਇਹ ਬਿਲਕੁਲ ਨੁਕਸਾਨ ਨਹੀਂ ਪਹੁੰਚਾਉਂਦੇ, ਇਹ ਦੰਦੀ ਨਹੀਂ ਵੜਦੇ। ਮਤਲਬ ਇਹ ਇਨਸਾਨ ਨੂੰ ਜਾਂ ਕਿਸੇ ਕੱਪੜੇ ਨੂੰ ਜਾਂ ਕਿਸੇ ਵੀ ਚੀਜ਼ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਔਰ ਇਹ ਸਭ ਤੋਂ ਵੱਡੀ ਗੱਲ ਕਿ ਇਹ ਨਾ ਸਾਫ਼ ਸਫਾਈ ਜੀ ਰੱਖਦੇ ਹੈ, ਕਲੀਨ ਰੱਖਦੇ ਆਪਣੇ ਆਪ ਨੂੰ ਪੂਰੀ ਤਰ੍ਹਾਂ।